हेलो गाइस, गुड इवनिंग ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਵਿਕਰਮਜੀਤ ਸਿੰਘ ਤੇ ਮੈਂ ਹਾਂ ਲੱਕੀ ਤੇ ਹਾਜ਼ਰ ਹਾਂ ਦੋਸਤੋ ਤੁਹਾਡੇ ਸਾਹਮਣੇ ਇੱਕ ਨਵੀਂ ਰਿਐਕਸ਼ਨ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਟਿਕਟੋਕ ਸਟਾਰ ਜੀਵਨ ਸੁਲਤਾਨ, ਵਨ ਆਫ ਦਾ ਬੈਸਟ ਕਾਮੇਡੀਅਨ, ਵਨ ਆਫ ਦਾ ਬੈਸਟ ਤੁਸੀਂ ਕਹੋ ਟਿਕਟੋਕਰ ਪਾਕਿਸਤਾਨ ਦੇ, ਜੋ ਕਿ ਆਪਣੀ ਟੀਮ ਨਾਲ ਧਮਾਲਾ ਮਚਾਉਂਦੇ ਨੇ ਟਿਕਟੋਕ ਵਿੱਚ। ਕਾਫੀ ਇੱਕ ਵੱਡਾ ਨਾਮ ਤੁਸੀਂ ਕਹਿ ਸਕਦੇ ਹੋ ਪਾਕਿਸਤਾਨ ਵੱਲੋਂ, ਜੋ ਕਿ ਪੰਜਾਬੀ ਕੰਟੈਂਟ ਕ੍ਰੀਏਟ ਕਰਦੇ ਨੇ, ਪੰਜਾਬੀ ਕੰਟੈਂਟ ਕ੍ਰੀਏਟਰ ਤੁਸੀਂ ਕਹਿ ਸਕਦੇ ਹੋ ਅਤੇ ਪੰਜਾਬੀ ਟਿਕਟੋਕਰ ਵੀ ਕਹਿ ਸਕਦੇ ਹੋ। ਇਹਨਾਂ ਦੀ ਵੀਡੀਓਜ਼ ਹਮੇਸ਼ਾ ਹੀ ਅਮੇਜ਼ਿੰਗ ਹੁੰਦੀਆਂ ਨੇ, ਪੂਰੀ ਇਹਨਾਂ ਦੀ ਡਾਇਲੋਗ ਡਿਲੀਵਰੀ ਵੀ ਬਹੁਤ ਵਧੀਆ ਹੁੰਦੀ ਹੈ, ਡਾਇਲੋਗ ਡਿਲੀਵਰੀ ਇੱਕ ਆਊਟਸਟੈਂਡਿੰਗ ਤੁਸੀਂ ਕਹੋ ਨਾ, ਜਿਵੇਂ ਹੀ ਕਿਸੇ ਨੇ ਡਾਇਲੋਗ ਮਾਰਿਆ ਅੱਗੋਂ ਮਿੰਟ ਤੋਂ ਪਹਿਲੇ ਇਹਨਾਂ ਦਾ ਡਾਇਲੋਗ ਤਿਆਰ। ਹਾਂਜੀ, ਸੋ ਗਾਇਸ ਕਰਦੇ ਹਾਂ ਵੀਡੀਓ ਨੂੰ ਸਟਾਰਟ। ਤੇ ਉਸ ਤੋਂ ਪਹਿਲੇ ਤੁਸੀਂ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਰਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਸਾਡੇ ਸਾਰੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਜਾਣ। ਇਹ ਗੱਲ ਹੋਰ, ਲੱਕੀ ਆਰਵੀ ਵਲੌਗ ਦੇ ਨਾਮ ਤੋਂ ਇੱਕ ਫੇਸਬੁੱਕ ਪੇਜ ਬਣ ਚੁੱਕਿਆ ਹੈ ਅਤੇ ਉਹਦੇ 'ਤੇ ਵੀ ਇਹ ਵੀਡੀਓ ਅਪਲੋਡ ਹੋ ਜਾਏਗੀ, ਅਤੇ ਉਸ ਪੇਜ ਨੂੰ ਵੀ ਫੋਲੋ ਕਰ ਲਓ, ਹੈ ਨਾ। ਬਿਲਕੁਲ ਗਾਇਸ, ਸੋ ਕਰਦੇ ਹਾਂ ਅਸੀਂ ਵੀਡੀਓ ਨੂੰ ਸਟਾਰਟ। ਆਰਡਰ ਆਰਡਰ, ਅੱਜ ਰਾਤ 9 ਵਜੇ ਤੁਮੇ ਫਾਂਸੀ ਦੀ ਜਾਏਗੀ, ਦੱਸ ਤੇਰੀ ਆਖਰੀ ਖੁਆਇਸ਼ ਕੀ ਹੈ? ਮੈਨੂੰ ਪੈਰਾਂ ਵੱਲੋਂ ਫਾਂਸੀ ਦਿਓ। ਹੈਲੋ, ਮੈਂ ਚੱਲਿਆ ਕਰਾਚੀ ਸਮੁੰਦਰ ਤੇ ਵੀਰੇ ਕੋ ਟੂਪ ਦੇ ਦੇ ਯਾਰ, ਉੱਥੇ ਨਾਦਿਆਂ ਡੋਬੀ ਨਾ ਜਾਵਾਂ। ਬੈਟਨੋ ਵੇਟ ਲਿਆ ਦੇਵਾਂ? ਹੈਲੋ, ਤੈਨੂੰ ਐਸਾ ਨੈਸ਼ ਦਰਦੀ ਵਿਖਾਣਾ, ਤੂੰ ਇਹਦੀ ਕਾਰਵਾਈ ਚੈੱਕ ਕਰੀਂ। ਅਸਲਾਮ ਅਲੈਕੁਮ ਮਾਸਟਰ, ਸੂਟ ਸਵਾਣਾ 3 ਮਹੀਨੇ ਹੀ ਦੇ ਦੇਈਂ ਯਾਰ। ਕਿਉਂ, ਕੋਈ ਐਮਰਜੈਂਸੀ ਹੈ? ਹੈਲੋ ਵੀਰੇ, ਉਹ ਪਿਛਲੀ ਗਲੀ ਵਾਲੇ ਮੈਨੂੰ ਪਾਗਲ ਕਹਿੰਦੇ ਨੀ, ਉਹਨਾਂ ਨੂੰ ਛੱਡ, ਐ ਟਮਾਟਰ ਫੜ ਤੇ ਇਹਦੀ ਸ਼ਿਕੰਜੀ ਬਣਵਾ ਕੇ ਲਿਆ। ਹੈਲੋ, ਐ ਖਤ ਫੜ ਤੇ ਮੇਰੇ ਮਸ਼ੋਗ ਨੂੰ ਦੇ ਗਿਆ। ਅੱਛਾ, ਉਹ ਮਾਮਾ ਇਹਦੇ ਤੇ ਲਿਖੇ ਹੀ ਕੁਝ ਨਹੀਂ, ਓਏ ਉਹਨੂੰ ਕਿਹੜਾ ਪੜਨਾ ਆਂਦਾ। ਹੈਲੋ, ਚਲ ਮੈਸੇਜ ਤੋੜ ਦੇ। ਵੀਰੇ, ਮੈਂ ਚਾਹਨਾ ਦੁਨੀਆ ਦਾ ਵੱਡੇ ਤੋਂ ਵੱਡਾ ਬੰਦਾ ਮੇਰੇ ਸਾਹਮਣੇ ਸਿਰ ਢਾ ਕੇ ਬਵੇ। ਤੂੰ ਨਾਈਆਂ ਦਾ ਕੰਮ ਸਿੱਖ ਲੈ। ਹੈਲੋ, ਏ ਮਜ਼ੀ, ਓ ਵੀਰੇ ਅੱਜ ਬੜਾ ਖੁਸ਼ ਲੱਗ ਰਿਹਾ ਹੈ, ਅੱਜ ਅਸੀਂ ਸਾਲਣ ਗਰਮ ਕਰਨ ਵਾਲਾ ਟੀਵੀ ਲੈ ਲਿਆ ਹੈ। ਹੈਲੋ, ਕੁਵੇਟਾ ਹੋਟਲ ਕੀ ਚਾਏ ਕੈਸੀ ਲਗੀ ਹੈ? ਸਾਰੀ ਆਪਕੇ ਚਾਏ ਕਾ ਬਿੱਲ। ਵੀਰੇ, ਇਹਦੀ ਲਾਸਟ ਡੇਟ ਕਦੋਂ ਆ? ਹੈਲੋ, 6 ਕਰੋੜ ਦਾ ਬਾਗ ਵਿਕਿਆ, ਮੇਰਾ ਦਿਲੇ ਦਾਰਾ ਨਵਾਂ ਪਾ ਲੈਣਾ। ਚੌਧਰੀ ਸਾਹਿਬ, ਮੇਰੀ ਮਦਦ ਕਰੋ, ਮੇਰੇ ਘਰ ਆਟਾ ਕੋਈ ਨਹੀਂ, ਤੂੰ ਮੈਨੂੰ ਪੈਸੇ ਦੇ, ਮੈਂ ਜਾ ਕੇ ਲੈ ਆਉਣਾ। ਹੈਲੋ ਵੀਰੇ, ਕਟਿੰਗ ਕਰਾਣੀ, ਅੱਜ ਮੈਂ ਕਮਾਲ ਦੀ ਕਟਿੰਗ ਕਰਾਂਗਾ। ਲੈ, ਹੋਰ ਕੀ ਚਾਹੀਦਾ, ਕਮਾਲ ਦੀ ਕਰੋ, ਕਮਾਲ ਹੋ ਰਿਹਾ ਤੇਰੀ ਕਟਿੰਗ ਕਰਾਂ। ਹੈਲੋ ਉਸਤਾਦ, ਮੈਂ ਨਹੀਂ ਉਹ ਕੰਮ ਕਰਨਾ, ਨਹੀਂ ਤੇ ਮੇਰਾ ਮਹੀਨਾ ਵਧਾ ਯਾਰ। ਕੰਮ ਨਾ ਛੱਡ ਯਾਰ, ਤੇਰਾ ਅੱਜ ਤੋਂ ਮਹੀਨਾ 35 ਦਿਨਾਂ ਦਾ। ਹੈਲੋ ਵੀਰੇ, ਪਰੇਸ਼ਾਨ ਕਿਉਂ ਲੱਗ ਰਹੇ ਹੈ ਯਾਰ? ਟੀਵੀ ਤੇ ਕਹਿੰਦੇ ਆ ਰਾਤੀ ਤੁਹਾਨੂੰ 100 ਇੰਚ ਦਾ ਸਭ ਵਿਖਾਣਾ, ਤੇ ਸਾਡੇ ਘਰ ਤੇ ਟੀਵੀ 1 ਇੰਚ ਦਾ। ਹੈਲੋ ਯਾਰ, ਉਹ ਮਹੱਲੇ 'ਚ ਮਾਈ ਨਹੀਂ ਰਹਿੰਦੀ, ਜਾ ਉਹਦੇ ਬੱਚੇ ਦੀ ਕਬਰ ਤੇ ਮੱਟੀ ਪਾ। ਤੇ ਜਿਹੜੀ ਪਿਛਲੇ ਹਫਤੇ ਪਾਈ ਸੀ ਉਹ ਖਾ ਗਏ? ਹੈਲੋ ਓਏ ਵਾਲ ਕੀ ਤੁਰਦਾ ਯਾਰ, ਇਸ ਉਸ ਬੰਦਿਆਂ ਦਾ ਟੂਰਨਾਮੈਂਟ ਹੋਇਆ ਤੇ ਮੈਂ ਪਹਿਲੇ ਨੰਬਰ ਤੇ ਆਇਆ। ਉਹ ਕਿਸ ਤਰ੍ਹਾਂ, ਮੈਂ ਗਿਆ ਹੀ ਨਹੀਂ। ਹੈਲੋ ਮੌਲਵੀ ਸਾਹਿਬ, ਮਈਅਤ ਲੈ ਜਾਣੀ, ਫਟਾ ਚਾਹੀਦਾ, ਕਿੰਨੇ ਪੈਸੇ? 400 ਰੁਪਏ। ਮੌਲਵੀ ਸਾਹਿਬ, 200 ਲੈ ਲਓ, ਅੱਧੇ ਰਾਹ ਤੇ ਲਾ ਦੇਣਾ। ਹੈਲੋ ਵੀਰੇ, ਕਫਨ ਸਵਾਣਾ, ਇਹ ਕਪੜਾ ਜ਼ਿਆਦਾ ਵਾ। ਕੋਈ ਨਹੀਂ, ਬਾਕੀ ਛੋਟੇ ਭਾਈ ਦਾ ਬਣਾ ਦਿਓ। ਹੈਲੋ ਵੀਰੇ, ਇੱਕ ਅੱਧ ਨਾਲ ਦੁਆ ਮੰਗ ਰਹੇ ਹਾਂ, ਖੈਰ ਏ ਉਸਤਾਦ ਜੀ, ਥੋੜੀ ਮੰਗ ਲਓ, ਸੁਥਰੀ ਮੰਗ ਲਓ। ਹੈਲੋ ਫੂਡ ਪਾਂਡਾ ਵੀਰੇ? ਜੀ ਜੀ ਫੂਡ ਪਾਂਡਾ। ਵੀਰੇ ਕੋ ਸਾਲਣ ਬੱਚੇ ਆਈ ਤੇ ਦੇ ਜਾ ਯਾਰ, ਬੜੀ ਭੁੱਖ ਲੱਗੀ। ਹੈਲੋ ਵੀਰੇ, ਕੀ ਬਣਾਈ? ਬੱਕਰੇ ਦੀ ਸਿਰੀ ਬਣਾਈ ਪੈਣ। ਹੈਲੋ ਯਾਰ, ਇਹ ਜਿਹੜੇ ਫਸਤੀ ਟੀਕੇ ਹੁੰਦੇ ਨੇ, ਲਵਾ ਲੈਣੇ ਚਾਹੀਦੇ ਨੇ, ਇਹਨਾਂ ਦਾ ਕੀ ਫਾਇਦਾ ਹੈ, ਇਹ ਡਾਕੂ ਡੂਕੂ ਨਹੀਂ ਪੈਂਦੇ। ਹੈਲੋ ਇਸਸੇ ਪਹਿਲੇ ਕਹਾਂ ਸੇ ਇਲਾਜ ਕਰਵਾ ਰਹੇ ਹੋ? ਡਾਕਟਰ ਸਾਹਿਬ, ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਲੰਮਾ ਸਾਹ ਲੈ, ਕੀ ਮਹਿਸੂਸ ਹੋਈ? ਪਰਫਿਊਮ ਬਹੁਤ ਵਧੀਆ ਲਾਇਆ ਬਾਈ। ਹੈਲੋ ਇਸ ਮੰਥ ਕੀ ਰਿਕਵਰੀ ਕਰ ਲਈ ਨਾ ਆਪਨੇ? ਵੈਰੀ ਗੁੱਡ ਵੀਰੇ, ਕਿਸ਼ਤਾਂ ਦੀ ਦੁਕਾਨ ਹੈ? ਹਾਂਜੀ, 100 ਰੁਪਏ ਤੇ ਕਿਸ਼ਤਾਂ ਦੇ ਦੇ। ਹੈਲੋ ਓਏ ਉੱਠੋ ਭਾਈ, ਮੈਂ ਦੁਕਾਨ ਖੋਲਣੀ ਹੈ, ਉਹ ਸਾਲ ਆ ਤੂੰ ਨਾਲ ਦੀ ਖੋਲ ਲੈ। ਹੈਲੋ ਓਏ ਮੈਂ ਤੈਨੂੰ ਵੇਖ ਰਿਹਾ, ਤੂੰ ਪੈਸੇ ਚੋਰੀ ਕਰ ਰਿਹਾ। ਵੀਰੇ ਚੋਰੀ ਨਹੀਂ ਕਰ ਰਿਹਾ, ਮੈਂ 100 ਪਾਇਆ ਬਕਾਇਆ ਲੈਣ ਡਿਆ। ਹੈਲੋ ਆਪ ਡੀਸੈਂਟ ਟੇਲਰ ਆ ਜਾਏ ਭੱਟੀ ਟਾਊਨ। ਓ ਮਾਸਟਰ, ਇਹ ਕਿੱਦਾਂ ਦਾ ਸੂਟ ਸੀ ਤਈ, ਇਹਦੇ ਤੇ ਤੂੰ ਜੇਬ ਹੀ ਨਹੀਂ ਲਾਏ। ਵੀਰੇ ਤੂੰ ਜੇਬ ਨੂੰ ਕੀ ਕਰਨਾ, ਤੇਰੇ ਕੋਲ ਤੇ ਪੈਸੇ ਨਹੀਂ ਹੁੰਦੇ। ਹੈਲੋ ਤੈਨੂੰ ਪਤਾ ਹੈ ਮੈਂ ਅੱਜ ਕੱਲ੍ਹ ਯਤੀਮਾਂ ਦਾ ਖਰਚਾ ਚੁੱਕ ਰਿਹਾ। ਮਾਸ਼ਾਅੱਲਾ, ਬੜੀ ਅੱਛੀ ਗੱਲ ਹੈ, ਕਿਸ ਤਰ੍ਹਾਂ? ਯਾਰ ਜਿਹੜਾ ਉਹਨਾਂ ਨੂੰ ਲੱਭਦਾ ਹੈ ਉਹ ਚੁੱਕ ਲੈਣਾ। ਹੈਲੋ ਸ਼ਾਮ ਕੋ ਡਿਲੀਵਰੀ ਪਹੁੰਚ ਜਾਏਗੀ ਉਸਤਾਦ, ਆਪਣਾ ਏਸੀ ਵਾਪਸ ਲੈ, ਮੈਂ ਨਹੀਂ ਲੈਣਾ। ਵੀਰੇ ਖਰਾਬ ਹੋ ਗਿਆ ਉਹ ਯਾਰ, ਤੂੰ ਕਿ ਅਸੀਂ 1.5 ਟਨ ਦਾ, ਮੈਂ ਜਾ ਕੇ ਧੋਲਿਆ ਤੇ 20 ਕਿਲੋ ਦਾ ਨਿਕਲਿਆ। ਗੋਸ਼ਤ ਨਹੀਂ ਖਾਣਾ। ਔਰ ਡਾਕਟਰ ਸਾਹਿਬ, ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਤੇਰੇ ਤੇ ਗੁਰਦੇ ਹੀ ਫੇਲ ਨੇ। ਕਿਤਨੇ ਨੰਬਰ ਤੋਂ? ਹੈਲੋ ਓ ਯਾਰ, ਤੂੰ ਲਾਈਨ ਤੇ ਕੀ ਕਰ ਰਿਹਾ? ਵੀਰੇ ਮੈਂ ਅੱਜ ਕੱਲ ਆਨਲਾਈਨ ਆ। ਹੈਲੋ ਉਸਤਾਦ, ਦਸਾਂ ਦੀ ਬਰਫ ਦੇਈ। ਹੈਲੋ ਯਾਰ, ਚੇਂਜ ਕਰਕੇ ਦੇ, ਲੀਕ ਹੋਣ ਡਈ। ਹੈਲੋ
ਉਹ ਵੀਰੇ ਟੈਂਕੀ ਕਿੰਨੇ ਦੀ ਫੁੱਲ ਕਰ ਰਹੇ ਹੈ? 1000 ਰੁਪਏ ਦੀ। ਚੱਲ ਫਿਰ 30 ਰੁਪਏ ਦਾ ਤੇਲ ਕਰ ਦੇ। ਮੈਂ ਚੱਲਿਆ ਬਾਹਰ, ਉੱਥੋਂ ਭੇਜਾਂਗਾ ਪੈਸੇ ਤੇ ਜੋੜੀ ਜਾਈ। ਕਿਉਂ, ਤੂੰ ਪਾਟੇ ਭੇਜਣੇ ਨੇ? ਬਾਬਾ ਜੀ ਇਸ਼ਾਰਾ ਖੁੱਲ ਗਿਆ, ਜਾਂਦੇ ਨੀ ਯਾਰ, ਮੇਰੀ ਪਸੰਦ ਦੇ ਰੰਗ ਨੀ ਆ ਰਿਹਾ। ਵੀਰੇ ਮੇਰਾ 8000 ਦਾ ਇਨਾਮ ਲੱਗਿਆ, ਦਿਓ। ਇਹ ਵੀਰੇ ਮੈਂ ਤੈਨੂੰ 7000 ਦੇਣਾ। ਨਾ ਨਾ, 8000। ਮੈਂ 7000 ਦੇਣਾ। 8। ਮੈਂ 7000 ਦੇਣਾ। ਇਹ ਪਰਚੀ ਫੜ ਤੇ ਮੇਰੇ 10 ਰੁਪਏ ਵਾਪਸ ਕਰ। ਕਿੱਥੇ ਗਈ, ਕਿੱਥੇ ਕਿੱਥੇ ਵੀਰੇ? ਉਰੇ ਆ, ਕੀ ਲੱਭ ਰਿਹਾ? ਵੀਰੇ ਮੈਂ ਦੀ ਕੇਕ ਲੱਭ ਰਿਹਾ। ਵੀਰੇ ਇਹ 5 ਕਿਲੋ ਗੋਸ਼ਤ ਕਰ ਦੀ ਦਿੰਦਾ। ਸੱਚੀ ਸੱਚੀ ਦੱਸ, ਕਿਹਦਾ ਲੈਣਾ ਹੈ? ਮਿਤਵਾ। ਉਹ ਯਾਰ ਤੂੰ ਟੀਵੀ ਤੇ ਕਿਉਂ ਨਹੀਂ ਗਾਉਂਦਾ ਜਨਾਬ? ਕਿਉਂ? ਬੰਦਾ ਚੈਨਲ ਤੇ ਚੇਂਜ ਕਰ ਲਵੇ। ਹੈਲੋ, ਮੈਂ ਬਲੈਕ ਐਂਡ ਵਾਈਟ ਪਿਓ, ਬਸ ਆ ਰਹਾ ਹਾਂ। ਯਾਰ ਮੇਰਾ ਸੂਟ ਰੈਡੀ ਹੈ ਜੀ ਜਨਾਬ। ਹਾਊ ਮਚ ਪ੍ਰਾਈਸ? ਅੱਲਾਹ ਦਾ ਸ਼ੁਕਰ ਹੈ। ਹੈਲੋ, ਓਏ ਉਹ ਤੇਰਾ ਗਾਹਕ ਆਏ। ਉਸਤਾਦ ਤੇਰੀ ਮਿਹਰਬਾਨੀ ਯਾਰ, ਮੈਂ ਤੈਨੂੰ ਪਿਛਲੀ ਈਦ ਤੇ ਸੂਟ ਦਿੱਤਾ ਹੈ, ਇਸ ਈਦ ਤੇ ਤੇ ਸੀ ਕੇ ਦੇ ਦੇ। ਇਹ ਫੜ ਆਪਣਾ ਸੂਟ, ਮੈਂ ਨਾ ਸਭੇ ਸਬਰਾ ਗਾਹਕ ਨਹੀਂ ਚਾਹੀਦਾ। ਹੈਲੋ ਵੀਰੇ, ਜਹਾਜ਼ ਇੰਨਾ ਵੱਡਾ ਹੁੰਦਾ, ਇਹਨੂੰ ਰੰਗ ਕਿਸ ਤਰ੍ਹਾਂ ਕਰਦੇ ਨੇ? ਬਾਬਾ ਜੀ ਜਦੋਂ ਉਹ ਉੱਤੇ ਜਾ ਕੇ ਨਿਕਲ ਜਾ ਨਜ਼ਰ ਆਉਂਦੇ ਉਦੋਂ ਦਸਤੀ ਕਰ ਦਿੰਦੇ ਨੇ। ਹੈਲੋ ਡਾਕਟਰ ਸਾਹਿਬ, ਮੇਰੇ ਖਾਵਨ ਰਾਤ ਕੋ ਨੀਂਦ ਮੇ ਬਾਤੇ ਕਰਤੇ ਰਹਤੇ ਹੈ। ਤੁਸੀਂ ਉਹਨੂੰ ਦਿਨ ਚ ਬੋਲਣ ਦਾ ਮੌਕਾ ਦਿਓ ਨਾ। ਹੈਲੋ ਉਰੇ ਆ। ਹਾਂਜੀ, ਕਰੀਮ ਵਾਲੇ ਬਿਸਕਟ ਖਾ ਲੇਗਾ? ਮੈਂ ਤੇ ਉਬਰ ਵਾਲੇ ਵੀ ਖਾ ਲਾਂਗਾ। ਉਹ ਵੀਰੇ ਤੂੰ ਤੇ ਪੈਲਟ ਨਹੀਂ ਸੇ ਯਾਰ, ਉਹਨਾਂ ਮੈਨੂੰ ਨੌਕਰੀ ਚੋਂ ਕੱਢਤਾ। ਕਿਉਂ? ਉਹ ਮੈਂ ਜਹਾਜ਼ ਤੇ ਸ਼ੇਰ ਲਿਖਾ ਬੈਠਾ ਯਾਰ, ਸੱਪਾਂ ਵਰਗੇ। ਜਿਹੜੇ ਵੀ ਦਰਬਾਰ ਤੇ ਲੰਗਰ ਹੋਵੇ ਸਭ ਤੋਂ ਪਹਿਲੇ ਮੈਨੂੰ ਪਤਾ ਲੱਗਦੀ। ਉਹ ਕਿੱਦਾਂ? ਮੈਂ ਦਰਬਾਰ ਸਬਸਕ੍ਰਾਈਬ ਕੀਤੇ। ਉਹ ਵੀਰੇ ਕੱਚੀ ਆਬਾਦੀ ਕਿੱਥੇ ਆ? ਵੀਰੇ ਮੈਨੂੰ ਨਹੀਂ ਪਤਾ, ਟੱਕਰ ਮਾਰ ਕੇ ਚੈੱਕ ਕਰ ਲੈ। ਮੌਲਵੀ ਸਾਹਿਬ ਸ਼ੁਕਰ ਹੈ ਤੁਸੀਂ ਨਜ਼ਰ ਆ ਗਏ, ਫੱਟਾ ਚਾਹੀਦਾ ਸੀ। ਬੇਟੇ ਕੋ ਫਤਕੀ ਹੋ ਗਈ, ਨਹੀਂ ਚੂੜੀਆਂ ਲਾਣੀਆਂ। ਕੁੱਤੇ ਨਾਲ ਬੈਠਾ? ਉਹ ਮਾਮਾ ਬੱਕਰੀ। ਬੱਕਰੀ ਨੇ ਤਾਂ ਪੁੱਛਿਆ। ਵਕੀਲ ਸਾਹਿਬ ਬੜੀ ਮਿਹਰਬਾਨੀ, ਅਸੀਂ ਕੇਸ ਜਿੱਤ ਗਏ ਤੁਹਾਡੀ ਵਜ੍ਹਾ ਤੋਂ। ਉਹ ਕੇਸ ਤੇ ਅਸੀਂ ਜਿੱਤ ਗਏ, ਮੇਰੇ ਕੋਲ ਛੋਟੀ ਮੱਖੀ ਦਾ ਸ਼ਹਿਦ ਵੀ ਹੁੰਦਾ। ਰੁਕੋ 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 ਰੁਕੋ, ਤਲਾਸ਼ੀ ਦਿਓ, ਇਹਦੇ ਚ ਕੀ ਹੈ? ਇਹਦੀ ਬਾਈ ਸ਼ਹਿਦ ਹੈ, ਇਹਦੇ ਸ਼ਰਾਬ ਹੈ ਮਾਮਾ। ਮੌਜਾ ਹੋ ਗਿਆ। ਇਹ ਗੋਲੀ ਇਹ ਕਿਸੇ ਵੀ ਸਟੋਰ ਤੋਂ ਜਾ ਕੇ ਲੈ ਲਈ ਜੀ ਡਾਕਟਰ ਸਾਹਿਬ। 7 ਨੰਬਰ ਪੇਸ਼ੈਂਟ ਕੋ ਡ੍ਰਿਪ ਲਗਾ। ਡਾਕਟਰ ਸਾਹਿਬ ਮੈਂ ਸਾਰੀ ਰਾਤ ਪਲੇ ਸਟੋਰ ਖੋਲ ਕੇ ਬੈਠ ਰਿਹਾ, ਮੈਨੂੰ ਗੋਲੀ ਨਹੀਂ ਲੱਭੀ। ਮੈਂ ਤੁਹਾਨੂੰ ਡੇਲੀ ਵੇਂਦਾ, ਤੁਸੀਂ 6 ਵਜੇ ਆ ਕੇ ਬਹਿ ਕੇ ਇੱਥੇ ਕਰਦੇ ਕੀ ਹੋ? ਵੀਰੇ ਤੁਸੀਂ ਆਪ ਲਿਖ ਕੇ ਲਾਇਆ ਕਿ ਕਲੀਨਿਕ ਪੇ ਔਰਤੋਂ ਕੋ ਦੇਖਨੇ ਕਾ ਟਾਈਮ 6 ਵਜੇ। ਸੋ ਗਾਇਸ, ਇਹ ਸੀ ਵੀਡੀਓ, ਤੁਸੀਂ ਦੇਖਿਆ ਇਸ ਵੀਡੀਓ ਵਿੱਚ ਕਿ ਕਿਵੇਂ ਇੱਕ ਤੋਂ ਇੱਕ ਵਧੀਆ ਜੋਕ ਤੇ ਇੱਕ ਤੋਂ ਇੱਕ ਵਧੀਆ ਆਨਸਰ ਹੁੰਦੇ ਹੈ ਨਾ। ਬਹੁਤ ਹੀ ਘੈਂਟ ਕੰਟੈਂਟ ਤੇ ਬਹੁਤ ਹੀ ਕਈ ਵਾਰ ਸਮਝ ਨਹੀਂ ਆਉਂਦੀ ਬੰਦੇ ਲਿਆਉਂਦਾ ਕਿੱਥੇ ਆਨਸਰ। ਸਹੀ ਗੱਲ ਹੈ, ਇੰਨੇ ਸਾਰੇ ਕੁਐਸਚਨ ਤੇ ਇੰਨੇ ਸਾਰੇ ਉਹਦੇ ਆਨਸਰ ਲੱਗਿਆ ਨੇ, ਬਹੁਤ ਮੁਸ਼ਕਲ ਹੈ ਨਾ। ਲਾਸਟ ਵਾਲਾ ਜ਼ਿਆਦਾ ਫਨੀ ਲੱਗਿਆ ਕਿਉਂਕਿ ਉਹਨੇ ਲਿਖਿਆ ਡਾਕਟਰ ਨੇ ਕਿ ਔਰਤਾਂ ਕੋ ਦੇਖਨੇ ਕਾ ਸਮੇਂ 6 ਵਜੇ ਔਰ ਬਾਹਰ ਮੁੰਡੇ ਆ ਕੇ ਬੈਠ ਜਾਂਦੇ ਨੇ, ਹੈ ਨਾ। ਸੋ ਉਹ ਸਮਝ ਆਪਣੀ ਆਪਣੀ। ਓਵਰ ਆਲ ਬਹੁਤ ਵਧੀਆ ਵੀਡੀਓ ਸੀ। ਸਟਾਰਟਿੰਗ ਵਿੱਚ ਲਗਭਗ ਸਾਰੇ ਡਾਇਲੋਗ ਇਹਨਾਂ ਨੇ ਸਮਝਾਏ, ਵਿਚਕਾਰ ਕੁਝ ਐਸੇ ਸੀ ਜੋ ਸਾਨੂੰ ਸਮਝ ਨਹੀਂ ਆਏ, ਹੋ ਸਕਦਾ ਕਿ ਇੱਕ ਦੋ, ਹਾਂ ਬਾਕੀ ਸਾਰੇ ਸਮਝ ਆਏ ਨੇ। ਆਊਟਸਟੈਂਡਿੰਗ ਵੀਡੀਓ ਮੈਂ ਕਹਾਂਗਾ, ਬਹੁਤ ਹੀ ਸ਼ਾਨਦਾਰ ਕੰਟੈਂਟ ਹਮੇਸ਼ਾ ਦੀ ਤਰ੍ਹਾਂ ਜੀਵਨ ਸੁਲਤਾਨ ਦਾ ਤੇ ਪੂਰੀ ਟੀਮ ਦਾ ਬਹੁਤ ਵਧੀਆ ਕੰਮ ਕਰਦੇ ਨੇ ਤੇ ਆਈ ਥਿੰਕ ਇਹਨਾਂ ਦਾ ਬਹੁਤ ਵਧੀਆ ਕੰਮ ਹੁੰਦਾ ਔਰ ਇਹਨਾਂ ਦੇ ਨਾਲ ਹੋਰ ਹੋਰ ਨਵੇਂ ਨਵੇਂ ਦੋਸਤ ਵੀ ਜੁੜ ਰਹੇ ਨੇ। ਹਾਂ, ਨਵੀਂ ਨਵੀਂ ਟੀਮ, ਕੰਟੈਂਟ। ਹਾਂਜੀ, ਸੋ ਗਾਇਸ ਕਰਦੇ ਹਾਂ ਇਸ ਵੀਡੀਓ ਨੂੰ ਇੱਥੇ ਖਤਮ, ਮਿਲਦੇ ਹਾਂ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ, ਨਵੀਂ ਵੀਡੀਓ ਵਿੱਚ। ਹਾਂਜੀ, ਤੇ ਆਪਣਾ ਸਾਡਾ ਸੀ ਵਲੌਗ ਬਣਾ ਕੇ ਆਏ ਨੇ, ਸੋ ਇਸ ਕਰਕੇ ਮੂੰਹ ਤੇ ਇਹਨਾਂ ਦੇ ਵਲੌਗ ਖੜੇ ਆਇਆ ਤੇ ਸੋ ਅਸੀਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੁਹਾਨੂੰ ਤੇ ਹੁਣ ਦਿਓ ਸਾਨੂੰ ਇਜਾਜ਼ਤ, ਮਿਲਦੇ ਹਾਂ ਨਵੇਂ ਵੀਡੀਓ ਚ। ਸਟਿਲ ਦੈਨ, ਬਾਏ ਬਾਏ, ਟੇਕ ਕੇਅਰ, ਰੱਬ ਰੱਖਾ।